ਹਾਂਜੀ ਕਿੱਦਾਂ ਮਿਲ ਗਿਆ? ਡਿਫਰੈਂਟ ਦਿਖਾ ਕਿਹੜਾ ਕਲਰ ਲੈ ਗਏ? ਅੰਦਰ ਆ ਜਾ, ਅੰਦਰ ਆ ਜਾ, ਅੰਦਰ ਆ ਜਾ, ਅੰਦਰ ਆ ਜਾਓ, ਦਿਖਾ ਤੁਸੀਂ ਕੀ ਕਰਦੇ ਤਰਪਾਈ? ਦਿਖਾ ਦਿਖਾ ਪਹਿਲਾਂ ਕਿਹੜਾ ਲੈ ਗਈ ਆ? ਸੋਹਣਾ ਆ, ਚਲੋ ਅੱਜ ਬਣਾਇਆ ਕੀ ਹੈ ਜੀ? ਹੈਪੀ ਨੇ ਉਹ ਹਾਂ ਆਹ ਲੈ ਕੇ ਆਏ ਆ, ਸੇਮ ਉਹਦੇ ਨਾਲ ਦਾ ਹੀ ਆ, 200 ਰੁਪਏ ਦਾ ਮਿਲਿਆ, ਇਹ ਉਹ ਲਿਆ ਇਹਨਾਂ ਦੇ ਬਾਣੀਆਂ ਦੇ, ਬਾਣੀਆਂ ਲੈ ਗਏ, ਕਰਦਾ ਹੀ ਨੀ ਘੱਟ। ਅੱਛਾ ਤੁਸੀਂ ਬਣਾਇਆ ਕੀ ਅੱਜ? ਆਹ ਤਾਂ ਚਾਵਲ ਲੱਗਦੇ ਆ, ਪਰ ਇਹਨੇ ਖਾਲੇ ਲੱਗਦੇ। ਰਾਜਮਾ ਚਾਵਲ, ਓਕੇ ਚਲੋ ਵਧੀਆ। ਰੋਟੀ ਆਪਾਂ ਖਾਂਦੇ ਆ, 2 ਵੱਜ ਗਏ ਆ, ਬਸ ਪਾ ਦਿਓ ਫਿਰ, ਮੈਂ 3 ਵਜੇ ਜਾਣਾ ਵੀ ਆ ਕਿਤੇ, ਠੀਕ ਆ ਫਿਰ ਰੋਟੀ ਪਾਓ ਆਪਾਂ ਖਾਂਦੇ ਆ। ਤੇ ਹਰਮਨ ਨੂੰ ਕਰਾਂ ਫੋਨ? ਉਹ ਕਹਿੰਦਾ ਮੈਂ ਦੁਪਹਿਰ ਬਾਅਦ ਆਣਾ। ਚਲੋ ਠੀਕ, ਤੇ ਫਿਰ ਆਪਾਂ ਸ਼ਾਮੀ ਜਾਣਾ ਆ ਗੁੜੀਆ ਕੇ। ਚਲੋ ਕਿੰਨੇ ਕੁ ਵਜੇ? ਹਾਂ ਸਾਢੇ ਸੱਤ ਵਜੇ ਨਾ, ਸਾਢੇ 7 ਚੱਲਦੇ ਆ। ਚਲੋ ਠੀਕ ਆ ਮੋਟੀ, ਹੁਣ ਤੇਰਾ ਸਾਰਾ ਇਹਦੀ ਤਿਆਰੀ ਵੀ ਸਾਰੀ ਕਰਦੀ ਆ, ਸਵੇਰੇ ਸਕੂਲ ਵੀ ਜਾਣਾ ਆ ਨਾ, ਉਹੀ ਬੋਲੇ 8:30 ਦਾ ਟਾਈਮ ਆ ਸਕੂਲ ਦਾ, 8:30 ਤੋਂ 2:30। ਠੀਕ ਠੀਕ, ਬਣਾਵਾਂਗੇ ਕੱਲ ਤੇਰਾ ਸਕੂਲ ਛੱਡਣ ਜਾਵਾਂਗੇ ਤੈਨੂੰ, ਪਹਿਲੇ ਦਿਨ ਆਪਾਂ ਇਹਦੇ ਵਿੱਚ ਹੀ ਲਾ ਦੇਣਾ ਨਾਲ ਹੀ। ਠੀਕ ਆ, ਖੁਸ਼ ਆ, ਬਹੁਤ ਖੁਸ਼। ਚਲੋ ਹੁਣ ਸਾਰਾ ਸਮਾਨ ਹੋ ਗਿਆ ਤੇਰਾ ਰੈਡੀ? ਹਾਂ ਓਕੇ, ਚਲੋ ਠੀਕ ਆ ਜੀ, ਪਾਓ ਫਿਰ ਰੋਟੀ। ਲਓ ਜੀ ਹੁਣ ਸਾਰਾ ਕੁਝ, ਤੇਰੀ ਬਾਰਡਰ ਬਾਰਡਰ ਮੈਚ, ਤੇਰਾ ਕੀ ਉਹਨੂੰ ਕਹਿੰਦੇ ਆ ਪਾਊਚ ਮੈਚ, ਫਿਰ ਆ ਮੂੰਹ ਕਿਦਾਂ ਦਾ ਕੀਤਾ ਆ, ਇਦਾਂ ਦੇਖ। ਉਹ ਚੱਲ ਥੋੜਾ ਜਿਹਾ ਫਰਕ ਆ, ਪਿੰਕ ਆ ਉਹ, ਪੀਚ ਆ, ਇੰਨਾ ਕੁ ਤਾਂ ਚੱਲਦਾ ਹੀ ਆ, ਬਾਕੀ ਸਾਰਾ ਕੁਝ ਠੀਕ ਆ ਨਾ। ਬਾਕੀ ਤੂੰ ਹੁਣ ਪੁਰਾਣਾ ਨਹੀਂ ਸੀ ਲੈ ਕੇ ਜਾਣਾ ਹਨਾ, ਆ ਤੂੰ ਕਹਿੰਦੀ ਮੈਂ ਨਵਾਂ ਲੈ ਕੇ ਜਾਣਾ, ਤੈਨੂੰ ਨਵਾਂ ਲੈ ਤਾ, ਆਪਾਂ ਫਿਰ ਤੇਰੇ ਮੈਚਿੰਗ ਕਰਦਾ ਪੀਚ ਬਾਅਦ ਚ ਫੇਰ ਲੈ ਦਿਆਂਗੇ, ਹੁਣ ਰੋ ਨਾ, ਰੋਣਾ ਰੋਣਾ ਮਨਾ ਆ, ਕੋਈ ਨੀ ਪਾਊਚ ਨਾ, ਪਾਊਚ ਤਾਂ ਤੇਰਾ ਹੈਗਾ ਬਹੁਤ ਸੋਹਣਾ ਆ। ਚਲੋ ਪੀਚ ਕਲਰ ਨਹੀਂ ਮਿਲਿਆ, ਆਪਾਂ ਕੋਈ ਨੀ, ਪੀਚ ਕਲਰ ਤਾਂ ਤੈਨੂੰ ਮੰਗਾ ਦੇਣੇ ਨਵਾਂ, ਆਨਲਾਈਨ ਮੰਗਾ ਕੇ ਦਊਂਗਾ ਐਪ ਤੋਂ, ਐਮਾਜ਼ੋਨ ਤੋਂ, ਓਕੇ ਚਲੋ ਠੀਕ। ਲਓ ਜੀ ਰਾਜਮਾ ਚਾਵਲ, ਤੁਸੀਂ ਵੀ ਲੈ ਆਓ ਆਪਣੇ, ਤੂੰ ਖਾ ਲੇ ਆ, ਖਾ ਲਾ, ਮੈਨੂੰ ਪਤਾ ਲੱਗ ਗਿਆ ਮੁੰਡੀ ਤੂੰ ਤਾਂ ਪਹਿਲਾਂ ਖਾ ਲਏ ਹੋਣੇ ਆ। ਚਲੋ ਚਲੋ ਅਸੀਂ ਵੀ ਰੋਟੀ ਖਾ ਲਈਏ। ਪਾਪਾ ਕਾ ਰਿਐਕਸ਼ਨ, ਮੰਮਾ ਡੇਗੀ, ਬਸ ਸਵਾਦ ਆ ਨਾ, ਮੈਨੂੰ ਵੀ ਬਹੁਤ ਸਵਾਦ ਲੱਗਦਾ ਪਿਆ ਸੀ ਯਾਰ, ਪਾਪਾ ਕੇ ਫੇਰ ਮੈਨੂੰ ਵੀ ਬਹੁਤ ਪਸੰਦ ਆ ਯਾਰ, ਮੈਂ ਵੀ ਬਹੁਤ ਖਾਂਦਾ ਚਾਵਲ, ਹੋਵੇ ਨਾ ਉਹਨੇ ਰਾਜਮਾ ਦੇ ਇੱਕ ਦੋ ਕੋਲੀ ਉਹਦੇ ਖਾ ਜਾਂਦਾ। ਓਹ ਆਓ, ਮੈਂ ਫ੍ਰਿਜ ਖੋਲੀ, ਕੁਆਲਿਟੀ ਆ ਗਈ, ਵਾਹ ਇੱਕਦਮ ਪਰਫੈਕਟ ਲੂਨਿਸ, ਬਿਲਕੁਲ ਸ਼ਕਲ ਦਿਖਾ ਦਾ ਪਾ ਕੋਈ, ਆ ਰਾਜਮਾ ਚਾਵਲ। ਚਲੋ ਮੈਂ ਨਾ ਪਿਆਜ ਲਿਆ, ਪਿਆਜ ਖਾਣੇ ਭੁੱਲ ਗਈ। ਸਾਰਾ ਕੁਝ ਸੇਮ ਹੀ ਲੈ ਕੇ ਆਈ ਆ, ਸਾਰਾ ਕੁਝ ਸੇਮ ਹੀ ਲੈ ਕੇ ਆਈ ਆ, ਮੂੰਹ ਕਾਲੀ ਢੱਕ ਲੈਂਦੀ ਹੁੰਦੀ ਆਪਣਾ ਤੂੰ। ਖਾਲੀ ਰੋਟੀ, ਖਾਲੀ ਰੋਟੀ, ਮੈਂ ਚੱਲਾਂ ਦੁਕਾਨੇ ਫਿਰ, ਚਲੋ ਮੈਂ ਮੁੜ ਕੇ ਮਿਲਦਾ ਆ ਕੇ, ਰੱਖ ਲਾ ਆਪਣੇ ਕੋਲ ਹੁਣ, ਆ ਲੈ ਇੱਥੇ ਨਾਂ ਲਿਖੋ। ਹਾਂਜੀ ਤਿਆਰ ਹੋ? ਚੱਲੀਏ ਪੁੱਛਦੇ ਫਿਰ,
ਬੋਲੋ ਨਾਂ ਲਿਖ ਟਿੰਕੂ ਨੰਦਰਾ ਚੱਲੀਏ ਜੀ। ਓਏ ਪੈਟਰੋਲ ਪੰਪ ਖੁੱਲਾ ਹੋਊਗਾ ਉਧਰਲਾ ਇਸ ਟਾਈਮ? ਮੈਂ ਕਹਿੰਦੀ ਤਾਂ ਗੱਡੀ ਚ ਤੇਲ ਪਾਉਣਾ। ਉਹ ਯਾਰ ਭੁਲੇਖਾ ਲੱਗ ਜਾਂਦਾ ਕਈ ਵਾਰੀ, ਫਿਰ ਕਿਉਂ ਗਿਆ? ਚੱਲ ਕੋਈ ਨੀ, ਹਰ ਵਾਰੀ ਜਾ ਕੇ ਉੱਥੇ ਇੰਨੀ ਇੰਨੀ ਦੇਰ ਆਪਾਂ ਬੈਠ ਚੱਲੀਏ। ਉੱਠੋ ਫਿਰ, ਕਰੋ ਲਾਓ ਲੋਕ ਨੂੰ, ਅੱਜ ਸਾਡੀ ਉਡੀਕ ਕਰਨਗੇ ਪਹਿਲੀ ਵਾਰੀ। ਨਹੀਂ ਨਹੀਂ ਕਰਨਗੇ ਕਰਨਗੇ, ਚਲੋ ਦੇਖਦੇ ਆ। ਚਲੋ ਪਾ ਲਿਆ ਸ਼ਗਨ ਸੁਮਨ, ਸ਼ਗਨ ਸ਼ੁਗਨ ਪਾ ਲਿਆ। ਓ ਯਾਰ ਫੋਨ ਕੱਢੋ ਫਿਰ ਹੁਣ ਫਟਾਫਟ ਆਪਣਾ, ਚੱਲ ਲੋਕ ਖੋਲ ਕੇ ਫੋਨ ਕੱਢੋ। ਤੇ ਮੈਂ ਕਹਿੰਦਾ ਜੀ ਆਪਾਂ ਉੱਥੇ ਬਲੌਗ ਤੇ ਨੀ ਬਣਾਉਣਾ ਨਾ ਪੂਰਾ ਹੁਣ, ਕਿਉਂਕਿ ਆਪਾਂ ਪੂਰਾ ਬਲੌਗ ਨੀ ਬਣਾਉਣਾ ਹੈਗਾ, ਪੂਰਾ ਬਲੌਗ ਆਪਣੇ ਬੜੇ ਬਣੇ ਕੇਕ ਵਾਲੇ ਹਨਾ ਬਾ, ਇਦਾਂ ਹੀ ਮਾੜਾ ਮਾੜਾ। ਚੱਲ ਚੱਲੀ ਓਏ, ਮੈਂ ਗੱਡੀ ਸਟਾਰਟ ਕਰਨ ਲੱਗਾ, ਆ ਜਾਓ। ਹਾਂ ਚਲੋ ਆਓ ਚੱਲੀਏ ਫੇਰ, ਵੀਡੀਓ ਦੇਦੀ ਵਧੀਆ ਬਣਦੀ, ਮਾੜੀ ਨੀ ਬਣਦੀ ਹੈਗੀ ਵੀਡੀਓ। ਹਾਂ ਸਿੰਗਲ ਬੈਡ ਨੀ ਜਿਹੜੇ ਹੁੰਦੇ ਸੋਫਾ ਕਮ ਬੈਡ, ਵਧੀਆ ਵਧੀਆ। ਚਲੋ ਫੇਰ ਆਓ ਚੱਲੀਏ ਹੁਣ, ਚਲੋ ਚਲੋ ਤੁਰੋ ਯਾਰ। ਕਿੰਨੇ ਮਿਲੇ? 100-100 ਮਿਲ ਗਿਆ ਉਹਨਾਂ ਨੂੰ, 100-100 ਮਿਲ ਗਿਆ ਉਹਨਾਂ ਨੂੰ, 100-100 ਮਿਲ ਗਿਆ ਉਹਨਾਂ ਨੂੰ। ਚਲੋ ਫੇਰ ਚੱਲੀਏ ਹੁਣ। ਹਾਂ ਬਈ ਕਿੱਦਾਂ ਪੱਲੂ, ਸਵੇਰ ਲਈ ਤਿਆਰੀ ਸਕੂਲ ਦੀ? ਸਕੂਲ ਦੀ ਤਿਆਰੀ ਕਿ ਨਹੀਂ? ਦਿਖਾਈ ਦਿਖਾਈ ਯਾਰ ਸ਼ਕਲ ਖਾਈ। ਚਲੋ ਮਿਲਦੇ ਸਵੇਰ ਨੂੰ, ਸਕੂਲੇ ਜਾਣ ਲੱਗੇ ਹੁਣ। ਗੁੱਡ ਮਾਰਨਿੰਗ, ਦੇਖੀ ਇੱਧਰ ਤਿਆਰੀ ਵੀ ਅੱਜ ਸਕੂਲ ਦੀ, ਫਸਟ ਡੇ ਸਕੂਲ ਦਾ। ਲਓ ਜੀ ਇੱਧਰ ਕੰਬਲ ਕੁੰਬਲ ਚੱਕ ਹੋ ਗਏ ਆ। ਲੰਚ ਲੁੰਚ ਹੋ ਰਿਹਾ ਪੈਕ ਤੁਹਾਡਾ? ਹਾਂ ਲਾ ਦਿਖਾ। ਮੰਮਾ ਤੇ ਦਾਦੀ ਕਿਚਨ ਚ, ਮੰਮਾ ਦਾਦੀ ਕਿਚਨ ਵਿੱਚ ਨਾ। ਹੈਲੋ ਹੈਲੋ ਦਾਦੀ, ਹੈਲੋ। ਅਜੇ ਇੰਨੇ ਚਿਰ ਬਾਅਦ ਸਵੇਰੇ ਸਵੇਰੇ ਬ੍ਰਸ਼ ਕੀਤਾ ਹਨਾ? 11 ਵਜੇ ਤੋਂ ਪਹਿਲਾਂ ਛੁੱਟੀ ਨੀ ਉੜਦੀ ਸੀ ਤੇ ਬ੍ਰਸ਼ ਸਵੇਰੇ ਕੀ ਕਰਦਾ ਤੂੰ ਪਤਾ ਹੈ ਇੱਥੇ ਹੋ ਰਿਹਾ ਰਾਜਮਾਂ ਗਰਮ ਤੇਰੇ ਚਾਵਲ ਆ ਰਹੇ ਆ ਚਾਵਲ ਹੈ ਨਾ ਚਾਵਲ ਮੇਰਾ ਟਿਫਨ ਮੇਰਾ ਰਾਜਮਾਂ ਚਾਵਲ ਇਹਦੇ ਚ ਪਾਉਂਗੀ ਮੈਂ ਰਾਜਮਾਂ ਚਾਵਲ, ਇਹਨਾਂ ਚ ਪਾਉਂਗੀ ਮੈਂ ਪਾਸਤਾ। ਹਾਂ ਹੋ ਗਈ ਡਰੈਸ ਡਰੁਸ ਤਿਆਰ, ਕੀ ਲੱਭਦੀ ਹੁਣ? ਰਬੜਾਂ ਵਾਲਾ ਪੈਕਟ ਚੱਲ ਮੈਂ ਲੱਭਦਾ। ਚੱਲ ਹੋ ਤੂੰ ਤਿਆਰ ਹੋ ਫਿਰ ਪੂਰਾ, ਫਿਰ ਆਪਾਂ ਬਾਅਦ ਚ ਹੁਣ ਤੁਰਨ ਲੱਗੇ ਸ਼ੂਟ ਕਰਾਂਗੇ। ਹਾਂਜੀ ਹੋ ਗਏ ਤਿਆਰ? ਕੀ ਸੋਚਦੀ ਸੀਗੀ? ਚੱਲ ਅੱਜ ਦੀ ਦਿਹਾੜੀ ਤੇ ਚੱਲ ਜਾਣਾ ਆ। ਹਾਂ ਪਰ ਆ ਕੇ ਕੱਲ ਨੂੰ ਕੱਟੀਓ ਸਕੂਲ ਆਪਣੇ, ਹੋ ਗਿਆ ਟਿਫਨ ਟੁਫਨ ਪੈਕ? ਨਹੀਂ ਦਿਖਾਓ ਕਰਦੇ ਪਏ। ਚਲੋ ਚੱਲੀਏ ਫੇਰ, ਓਕੇ ਚਲੋ ਉੱਠੋ।
ਪਾਓ ਬੈਗ ਚ ਆਪਣਾ ਸਮਾਨ ਰੈਡੀ ਕਰੋ ਸਾਰਾ। ਚਲੋ ਟਿਫਿਨ ਰੈਡੀ, ਇਹਦੇ ਚ ਥੋੜਾ ਜਿਹਾ ਹੋਰ ਪਾਸ ਪਾਣਾ ਮਗਨ ਕਿਤੋਂ ਇੱਧਰ ਰੱਖ ਦੋ, ਮੈਂ ਇੱਧਰ ਉੱਪਰ ਜਮਾ ਦੋ, ਹੋਰ ਰੱਖ ਦੋ ਇੱਦਾਂ ਹੀ। ਉਹ ਹੋ ਗਿਆ ਪਾਸਤਾ ਗਰਮ, ਪਾਸਤਾ ਕੱਢਦੇ ਆ ਵਿੱਚੋਂ ਪਾਸਤਾ ਥੋੜਾ ਜਿਹਾ ਮੈਂ ਖਾ ਲੂੰਗੀ, ਜਾਂ ਫਿਰ ਤਾਂ ਜਾਂ ਫਿਰ ਤਾਂ ਸਪੇਸ ਹੋ ਗਈ ਤਾਂ ਪਾ ਲਾਂਗੀ ਮੈਂ, ਸਕੂਲ ਜਾ ਕੇ ਵੀ ਖਾਣੇ ਆ। ਆਹ ਦੇਖੋ ਤਾਂ ਮੰਮਾ ਥੋੜਾ ਸਾ ਖਾਏਂਗੇ, ਥੋੜਾ ਸਾ ਖਾਏਂਗੇ ਥੋੜਾ ਸਾ। ਹਾਂ ਬਸ ਬਸ ਉਹ ਤਾਂ ਪਹਿਲੇ ਪਾਪਾ ਕੀ ਕਰਦੇ ਹੋ, ਕੀ ਕਰਦੇ ਹੋ? ਮੈਂ ਬਸ ਬੈਠਾ ਵੇਲਾ। ਅਰੇ ਤੁਸੀਂ ਸ਼ੂਟ ਕਰੋ, ਮੈਂ ਹੁਣ ਪਾਸਤਾ ਖਾ ਲਾਂ। ਪਾਸਤਾ ਖਾਣ ਲੱਗੀ ਆ ਜਿਹੜਾ ਭੋਈ ਕਰੋ ਲੈਂਦਾ ਰਾਤੀ ਦਿੱਤਾ। ਆਹੋ ਚਲੋ ਲਿਆਂਦਾ ਜਾਂ ਉਹਨਾਂ ਨੇ ਦਿੱਤਾ, ਇੱਕੋ ਹੀ ਗੱਲ ਆ। ਚਲੋ ਖਾਓ ਫਿਰ, ਚਲੀਏ ਫਿਰ ਆਪਾਂ ਇਸ ਤੋਂ ਬਾਅਦ, ਠੀਕ ਆ? ਹਾਂ ਠੀਕ ਲਿਆ ਮੱਥਾ। ਚਲੋ 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 ਵਧੀਆ ਵਧੀਆ ਵਧੀਆ, ਆ ਜਾਓ ਫਿਰ, ਚਲੋ ਚਲੀਏ। ਕੀ ਪਾ ਕੇ ਆਉਣਾ? ਬੈਗ ਬੈਗ ਮੈਂ ਚੱਕਦਾ, ਚੱਲ ਕੋਈ ਨੀ ਚੱਲੇ ਸਕੂਲ ਹਨਾ ਪਾਪਾ, ਚੱਲੇ ਸਕੂਲ। ਓਹੋ ਪਾਪਾ ਚੱਲਣਗੇ ਸਕੂਲ, ਚੱਲੀਏ ਚਲੋ ਵਾਪਸ ਚੱਲੇ ਸਕੂਲ। ਕਿੱਦਾਂ ਕਿੱਦਾਂ ਸਾਰੇ ਪਹਿਲੀ ਵਾਰੀ ਹੁੰਦੇ ਆ? ਲਓ ਜੀ ਸਕੂਲ ਗਏ ਪਹੁੰਚ। ਓਕੇ ਬੱਲੂ, ਬੈਸਟ ਆਫ ਲੱਕ ਹੈ ਬੱਲੂ, ਬੈਸਟ ਆਫ ਲੱਕ ਨਵੀਂ ਕਲਾਸ ਲਈ। ਬਾਏ, ਕਰਦੇ ਬੰਦ ਜ਼ੋਰ ਨਾ, ਜ਼ੋਰ ਤੇ ਕਰਦੇ। ਚਲੋ ਲਓ ਜੀ ਪਹੁੰਚ ਗਏ ਘਰੇ। ਚਲਾ ਗਿਆ ਹਰਮਨ ਵੀ ਮਾਂ, ਅੱਜ ਦੇਖਿਓ ਘਰ ਕਿੱਦਾਂ ਐਨ ਚੁੱਪ ਚੁੱਪ ਸ਼ਾਂਤ ਸ਼ਾਂਤ ਜਿਹਾ ਲੱਗਣਾ। ਰੋਲਾ ਹੁੰਦਾ ਪਲਕ ਦਾ ਸਾਰਾ, ਆਹੋ ਮੈਂ ਕਿਹਾ ਰੋਲਾ ਤਾਂ ਪਲਕਦਾ ਹੁੰਦਾ, ਅੱਜ ਦੇਖੀ ਘਰ ਕਿੱਦਾਂ ਦਾ ਲੱਗਣਾ, ਕਿੱਡੇ ਖਾਲੀ ਖਾਲੀ ਲੱਗਣਾ ਅੱਜ। ਚਲੋ ਹੁਣ ਆਪਾਂ ਕਿੰਨੇ ਵਜੇ ਜਾਣਾ? 2:30 ਵਜੇ ਜਾਣਾ ਲੈਣ। ਹਾਂਜੀ 2 ਵੱਜ ਗਏ, ਚੱਲਾ ਮੈਂ ਲੈ ਕੇ ਆਉਂਦਾ ਉਹਨੂੰ, ਨਾਲੇ ਹਰਮਨ ਨੂੰ ਫੋਨ ਕਰ ਲੂੰਗਾ ਰਸਤੇ ਜੀ, ਉਹਨੇ ਆਉਣਾ ਹੋਇਆ ਨਾਲ ਤੇ, ਠੀਕ ਆ? ਕੁੜੀ ਚੱਲਾਂ ਅੱਜ ਛੇਤੀ ਆ ਗਈ ਹੈ ਕਿੱਦਾਂ, ਚੱਲ ਆ। ਆ ਲਓ ਜੀ, ਬੂਹਾ ਬੰਦ ਕਰ, ਪੁੱਤ ਬਾਹਰ ਲਾ, ਲਾ ਜੀ ਇੱਥੇ ਰੱਖਿਆ ਬੈਗ, ਕਿੱਧਰ ਆ? ਕੋਠੇ ਦੇ, ਚਲੋ ਕੋਠੇ ਦੇ ਹਾਰੇ ਹੱਥ ਧੋਵੋ। ਚਲੋ ਚੱਲ ਚੱਲ ਚੱਲ, ਕੋਠੇ ਬੈਠੇ ਤੁਸੀਂ, ਹਾਂ ਦੱਸੋ ਕਿੱਦਾਂ ਰਿਹਾ ਪਹਿਲਾ ਦਿਨ? ਦਾਦੀ ਨੀ ਮਿਲ, ਚਲੋ ਵਧੀਆ ਰਹਿ ਗਿਆ ਪਹਿਲਾ ਦਿਨ ਹੈ। ਚੱਲ ਸਰ ਐਂਡ ਕਰ ਫਿਰ ਵਲੋਗ ਦਾ, ਚਲ ਸਬਸਕ੍ਰਾਈਬ ਕਰ ਦੋ ਜਿਹਨੇ ਜਿਹਨੇ ਚੈਨਲ ਨਹੀਂ ਕੀਤਾ ਜੀ, ਤੇ ਮਿਲਦੇ ਫਿਰ ਹੁਣ ਅਗਲੇ ਵਲੋਗ ਦੇ ਵਿੱਚ, ਬਾਏ ਓਏ।